ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਆਪਣੇ ਚੈਨਲ ਗੱਲ ਪੰਜਾਬੀ ਊਟ ਫੈਕਟਰੀ ਤੇ ਮੈਨੂੰ ਹਾਸਾ ਦਾ ਹਰਫ ਨੂੰ ਦੇਖ ਕੇ ਆ ਰਿਹਾ ਜੀ ਕਿਉਂਕਿ ਇਹ ਸੁੱਤਾ ਵਿਆ ਸੀ ਤੇ ਹੁਣੇ ਉੱਠਿਆ ਹਰਫ ਹੈਲੋ ਕਰ ਸਾਰਿਆਂ ਨੂੰ ਪਹਿਲਾਂ ਉਹਦਾ ਹੈਲੋ ਕਰ ਹੈਲੋ ਹੈਲੋ ਕਰ ਸਾਰਿਆਂ ਨੂੰ ਹੈਲੋ ਕਰ ਹੈਲੋ ਜੀ ਵੈਲਕਮ ਜੀ ਹੈਨਾ ਹਰਫ ਦਾ ਥੋੜਾ ਜਾਂ ਮੂੜਾ ਇਸ ਕਰਕੇ ਆਇਆ ਹੈ ਜੀ ਕਿਉਂਕਿ ਹਰਫ ਨੂੰ ਮੈਂ ਕੀਤਾ ਸੀ ਪ੍ਰੋਮਿਸ ਵੀ ਹਰਫ ਤੇਰੇ ਨਾਮ ਤੇ ਵੀਡੀਓ ਸ਼ੂਟ ਕਰੂੰਗੀ ਜਿਹੜੀ ਇਹਨੇ ਸ਼ਾਪਿੰਗ ਕਰਕੇ ਲਿਆਂਦੀ ਆ ਕੋਸ ਸਾਮਾਨ ਖਰੀਦ ਕੇ ਲਿਆਂਦਾ ਹੈ ਤੇ ਕਹਿੰਦਾ ਮਮਾ ਆਪਾਂ ਸਾਰਿਆਂ ਨੂੰ ਦਿਖਾਉਣਾ ਹੈ ਤੇ ਉਹ ਮੈਂ ਧੋ ਕੇ ਪਾਉਣੀ ਸੀਗੀ ਜੀ ਕੱਪੜੇ ਤੁਹਾਨੂੰ ਪਤਾ ਜੀ ਦੋ ਵੀ ਅਸੀਂ ਨਵੇਂ ਕੱਪੜੇ ਇੱਕァਰੀ ਖਰੀਦ ਕੇ ਲਿਆਉਣੇ ਨਾ ਫਿਰ ਅਸੀਂ ਮਤਲਬ ਇੱਕァਰੀ ਧੋ ਕੇ ਪਾ ਦੇਣੀ ਉਹਨਾਂ ਉਦਾਰ ਤੇ ਉਸ ਤੋਂ ਬਾਅਦ ਫਿਰ ਹਰਫ ਨੂੰ ਕਹਦੇ ਨੇ ਯਾਰ ਫੋਨ ਤੂੰ ਫੈਨ ਲਾ ਫਿਰ ਹਰਫ ਤੋਂ ਜਿਹੜੇ ਸਲੈਕਟ ਵੀ ਕਰਾਉਣੇ ਸੀ ਵੀ ਹਰਫ ਕਿਹੜੇ ਤੂੰ ਆਉਣ ਜਾਣ ਨੂੰ ਪਾਉਣ ਨੂੰ ਰੱਖਣੇ ਆ ਦੋ ਸੂਟ ਤਿੰਨ ਕਿਹੜੇ ਤੂੰ ਘਰੇ ਲਾਉਣੇ ਆ ਸੋ ਟੋਟਲ ਮੈਨੂੰ ਤਾਂ ਹਰਫ ਪਤਾ ਨਹੀਂ 6 ਆ 7 8 ਕਿੰਨੇ ਸੂਟ ਬਣ ਗਏ ਹਰਫ ਦੇ ਆਪਾਂ ਦੇਖਦੇ ਆਂ ਕੱਢ ਕੇ ਕੱਲ ਜਿਹੜੇ ਪਸੰਦ ਆਈ ਗ ਪਹਿਲਾਂ ਇਹ ਸੌਂ ਗਿਆ ਮੈਂ ਵੀ ਆਪਦੀ ਵੀਡੀਓ ਸ਼ੂਟ ਕਰਨ ਲੱਗੀ ਮੇਕਅਪ ਪਾ ਲਈ ਤੇ ਫਿਰ ਘਰ ਦੇ ਕੰਮ ਧੰਦੇ ਦਾ ਦੂਜਾ ਨਾਲ ਟਾਈਮ ਹੋ ਗਿਆ ਨੀਰੇ ਚਾਰ ਦਾ ਟਾਈਮ ਹੋ ਗਿਆ ਮੈਂ ਕਿਹਾ फटाफट ਮੈਂ ਕੱਪੜੇ ਵੀ ਚੇਂਜ ਕਰਨੇ ਸੀ ਤੇ ਮੈਂ ਹੁਣੇ ਬਸ ਚਾਹ ਕਰਕੇ ਆ Đੀਆਂ ਹੁਣ ਜਿਹੜਾ ਟਾਈਮ ਹੋਇਆ ਜੀ ਪੌਣੇ ਕਿ ਤਿੰਨ ਦਾ ਹੋਇਆ ਤੇ ਹੁਣ ਮੈਂ ਚਾਹ ਕਰਕੇ ਲਈ ਪਹਿਲਾਂ ਸਾਡੀ ਕੌਲਿਆਂ ਦੇ ਵਿੱਚ ਚਾਹ ਪਾਈ ਪਈ ਆ ਤੇ ਪਹਿਲਾਂ ਅਸੀਂ ਚਾਹ ਪੀ ਲਈ ਫਿਰ ਤੁਹਾਨੂੰ ਕੱਪੜੇ ਦੇਖੋ ਜੀ ਹਰਫ ਨੇ ਮੂੰਹ ਵੀ ਨਹੀਂ ਥੋਤਾ ਉੱਠ ਕੇ ਤੇ ਮੈਨੂੰ फटाफट ਠਾ ਲਿਆ ਮੈਂ ਖੈਰ ਕੁੱਠ ਘੜ ਤੂੰ ਮੈਂ ਵੀਡੀਓ ਬਣਾਉਣੀ ਆ ਮੈਂ ਕਿ ਮੈਨੂੰ ਲੇਟ ਹੋਈ ਜਾਂਦਾ ਤੇ ਫਿਰ ਤੇ ਚਾਹ ਥੋੜੀ ਜਿਹੀ ਗਰਮ ਹੈ ਜੀ ਵੈਸੇ ਚਲੋ ਤੁਹਾਨੂੰ ਚਾਹ ਥਰਜੂਗੀ ਤੇ ਆਪਾਂ ਹੋਰ ਵੀ ਕੰਮ ਧੰਦਾ ਕਰਨੇ ਨੇ ਤੇ ਆਪਾਂ ਜਿਆਦਾ ਜਿਹੜਾ ਲੇਟ ਨਹੀਂ ਹੁੰਦੇ ਤੁਹਾਨੂੰ ਕੱਪੜੇ ਦਿਖਾਉਣੇ ਆ ਰੱਖਦੇ ਜੋ ਵੀ ਸਮਾਨ ਖਰੀਦਦਾ ਸ਼ਾਪਿੰਗ ਦਾ ਸਾਰਾ ਦਿਖਾਉਣੇ ਆ ਪਹਿਲਾਂ ਆਪਾਂ ਹਰਫ ਦਾ ਇਹ ਸਮਾਨ ਦਿਖਾਵਾਂਗੇ ਤੁਹਾਨੂੰ ਕੀ ਕੀ ਖਰੀਦਿਆ ਆ ਦੇਖੋ ਜੀ ਹਰਫ ਦਾ ਸ਼ਾਪਿੰਗ ਦਾ ਇਹ ਡਲ ਫਾਫਾ ਜਿਹੜਾ ਭਰਿਆ ਹੋਇਆ ਥੋੜੀ ਹਰਫ ਦਾ ਦਿਖਾ ਕੇ ਮੈਂ ਦਿਖਾਵਾਂ ਮਮਾ ਤੇ ਕਹ ਦੇ ਠੀਕ ਹੈ ਆ ਦੇਖੋ ਜੀ ਆ ਹਰਫ ਦਾ ਸੂਟ ਹੈਗਾ ਜੀ ਇੱਕ ਮਤਲਬ ਜਿਵੇਂ ਹੁੱਡੀ ਬਣੀ ਹੁੰਦੀ ਆ ਉਸ ਤਰ੍ਹਾਂ ਆ ਬਾਹਵਾ ਤੇ ਡਿਜ਼ਾਈਨ ਬਣਿਆ ਇੰਨਾ ਸੋਹਣਾ ਤੇ ਇਹਦਾ ਕਲਰ ਆਗਾ ਜਿਵੇਂ ਆਪਾਂ ਕਹਿੰਦੇ ਬੋਟਲ ਗ੍ਰੀਨ ਜਾਂ ਕਲਰ ਜਾਂ ਰਾਇਲ ਜਾਂ ਗ੍ਰੀਨ ਕਲਰ ਆ ਇਸ ਤਰ੍ਹਾਂ ਦੇ ਵਿੱਚ ਨਾ ਗਰਮ ਕੱਪੜਾ ਲੱਗਿਆ ਹੋਇਆ ਵੀ ਸਰਦੀਆਂ ਦੇ ਵਿੱਚ ਇਹਨੂੰ ਵਧੀਆ ਰਹਿਣਗੇ ਇਸ ਤਰ੍ਹਾਂ ਦੇ ਸੂਟ ਵੀ ਗਰਮ ਰਹਿਣਗੇ ਬੱਚੇ ਨੂੰ ਕਿਉਂਕਿ ਆਪਣਾ ਤਾਂ ਹੁੰਦਾ ਜਦੋਂ ਆਪਾਂ ਨੂੰ ਠੰਡ ਲੱਗਦੀ ਆ ਆਪਾਂ ਤਾਂ ਰਜਾਈ ਚ ਗੰਬਲ ਚ ਬਾੜ ਜਾਂਦੇ ਆ ਪਰ ਬੱਚਾ ਨੇ ਬਾਹਰ ਖੇਡਣਾ ਖੁੱਡਣਾ ਹੁੰਦਾ ਹੈ ਨਾ ਤੇ ਬੱਚੇ ਨਹੀਂ ਡੇਕਦੇ ਹੁੰਦੇ ਤੇ ਬੱਚੇ ਠੰਡ ਲਵਾਈ ਲੈਂਦੇ ਤੇ ਫਿਰ ਬੱਚਿਆਂ ਨੂੰ ਪਹਿਲੀਆਂ ਚ ਹੀ ਐਡਵਾਂਸ ਚ ਜਿਹੜੇ ਵੀ ਆਪਾਂ ਕੱਪੜੇ ਖਰੀਦ ਕੇ ਰੱਖ ਲਏ ਤੇ ਬਹੁਤ ਸੋਹਣਾ ਪ੍ਰਿੰਟ ਬਣਿਆ ਤੇ ਇਹਦੇ ਨਾਲ ਤੁਹਾਨੂੰ ਮੈਂ ਦਿਖਾਉਣੀ ਆ ਵੀ ਇਹਦੇ ਨਾਲ ਜਿਹੜਾ ਬਾਟਮ ਹੈ ਕਿਹੜਾ ਹੈਗਾ ਹਨ ਫਿਰ ਇਹਦੇ ਨਾਲ ਕਾਲੀ ਪਜਾਮੀ ਹੈ ਹੈਨਾ ਕਾਲੀ ਪਜਾਮੀ ਆ ਲਫਾਫੇ ਦੇ ਵਿੱਚ ਥੱਲੇ ਪਈ ਆ ਸਾਰੇ ਤਾਂ ਤੂੰ ਦੋ ਵਾਰੀ ਕੋਰਪਲ ਦੇਖ ਲੈ ਆਹੀ ਹੈ ਨਾ ਆਹੀ ਹੈ ਨਾ ਆਹੀ ਆਵੇ ਗ੍ਰੀਨ ਸਟicker ਬਣਾ ਸ਼ਾਇਦ ਆਹੀ ਪਜਾਮੀ ਹੈ ਜੀ ਇਹਦੇ ਨਾਲ ਦੇਖੋ ਇਸ ਤਰ੍ਹਾਂ ਦੀ ਤੇ ਖਾਣਾ ਪੀਣਾ ਹੈ ਨਹੀਂ ਕੁਛ ਇਹਨੇ ਤੇ ਕੱਪੜੇ ਮਤਲਬ ਫਿਰ ਛੋਟੇ ਨੰਬਰ ਦੇ ਆਉਂਦੇ ਹੈਗਾ ਥੋੜਾ ਜਿਹਾ ਲਿੱਸਾ ਹੈਗਾ ਤੇ ਆ ਦੇਖੋ ਜੀ ਇਹਦੇ ਵਿੱਚ ਵੀ ਗਰਮ ਕੱਪੜਾ ਲੱਗਿਆ ਤੇ ਇਹਦੇ ਜੇਬਾ ਲੱਗੀਆਂ ਸਾਈਡ ਤੇ ਤੇ ਇਸ ਤਰ੍ਹਾਂ ਲੋਰ ਬਣੀ ਹੈ ਤੇ ਬਾਟਮ ਵਾਲੀ ਲੋਰ ਹੈ ਨੀਚੇ ਤੋਂ ਇਸ ਤਰ੍ਹਾਂ ਤੇ ਜਿਹੜੀ ਇਹ ਆਪਾਂ ਨੂੰ ਸੂਟ ਪੂਰਾ ਪਿਆਖ ਹੈ ਦਾ ਇਹ ਮੈਂ ਤੁਹਾਨੂੰ ਦੱਸਦੀ ਆਂ ਜੀ ਇਹਦੇ ਰੇਟ ਹੈਗਾ ਦੇਖੋ ਤੁਸੀਂ ਸ਼ਾਇਦ ਤੁਹਾਨੂੰ ਕਲੀਅਰ ਨਹੀਂ ਦਿਖਦਾ ਹੋਣਾ ਇਹਦੇ ਰੇਟ ਹੈਗਾ ਜੀ 1095 ਰੁਪਏ ਇਹਦੇ ਚ ਉਹਨਾਂ ਨੇ ਸ਼ਾਇਦ ਪਤਾ ਨਹੀਂ 25% ਕਿ ਕਿੰਨੇ ਪਰਸੈਂਟ ਲੈਸ ਕੀਤਾ ਸੀ ਟੋਟਲ ਇਹ ਸੂਟ ਆਪਾਂ ਨੂੰ 700 ਦੇ ਤਕਰੀਬਨ ਭਾ 650 100 ਕਹਣੀ 700 ਕਿਉਂਕਿ ਕਾਫੀ ਸੂਟ ਹੋ ਗਏ ਤੇ ਇਕੱਠੇ ਹੀ ਉਹਨਾਂ ਨੇ ਬਿੱਲ ਬਣਾਇਆ ਸੀ ਬਾਕੀ ਮੈਂ ਐਸਟੀਮੇਟ ਇਹ ਲਾ ਕੇ ਤੁਹਾਨੂੰ ਦੱਸ ਦਿਆਂ ਵੀ ਸ਼ਾਇਦ 650 ਦਾ ਸੂਟ ਪਿਆਗਾ ਇਹ ਹੋ ਗਿਆ ਇੱਕ ਹਰਕ ਦਾ ਸੂਟ ਇਹ ਕਾ ਹੋ ਗਿਆ ਜੀ ਆ ਮੈਂ ਇਹਨੂੰ ਆਪਦੀ ਪਸੰਦ ਦਾ ਦਵਾਇਆ ਹੈ ਕਹਿੰਦਾ ਮम्मा ਜੈਪ ਵਾਲੀ ਮਤਲਬ ਜੈਪ ਵਾਲਾ ਕੋਟ ਲੈਣਾਗਾ ਤੇ ਮੈਂ ਵੀ ਸੋਚਿਆ ਮੈਂ ਕਈ ਵਾਰ ਬੱਚਾ ਨੂੰ ਗਰਮੀ ਲੱਗਦੀ ਹੁੰਦੀ ਹੈ ਠੰਡ ਦੇ ਵਿੱਚ ਵੀ ਦੁਪਹਿਰੇ ਤੇ ਫਿਰ ਜੈਪ ਖੋਲ ਲੈਂਦੇ ਆ ਹਨਾ ਤੇ ਉਹ ਤਾਂ ਫਿਰ ਆਪਾਂ ਨੂੰ ਸਾਰਾ ਕੋਟ ਲਾਉਣਾ ਪੈਂਦਾ ਮੈਂ ਕਿਹਨੂੰ ਜੈਪ ਵਾਲਾ ਵੀ ਇਹਨੂੰ ਦਵਾ ਲਏ ਜਿਹੜਾ ਕਲਰ ਮੈਨੂੰ ਬਹੁਤ ਸੋਹਣਾ ਲੱਗਿਆ ਨੀਵੀ ਬਲੂ ਕਲਰ ਤੇ ਜਿਹੜਾ ਗਰੇਜ ਇਹ ਕਲਰ ਦਾ ਕੰਬੀਨੇਸ਼ਨ ਆ ਇਦੇ ਵਿੱਚ ਵੀ ਕਪੜਾ ਸੇਮ ਹੋਵੇਂ ਲੱਗਿਆ ਤੇ ਉਵੇਂ ਸੇਮ ਡਿਜ਼ਾਈਨਿੰਗ ਬਣੀ ਆ ਬਾਹਾਂ ਤੇ ਬਹੁਤ ਸੋਹਣਾ ਇਹ ਵੀ ਸੂਟ ਇਸ ਤਰ੍ਹਾਂ ਦਾ ਦੇਖੋ ਨੀਚੇ ਦਾ ਇਹਦੇ ਨਾਲ ਜਿਹੜਾ ਨਾ ਆ ਪਜਾਮੀ ਆ ਸ਼ਾਇਦ ਆ ਪਜਾਮੀ ਇਸ ਤਰ੍ਹਾਂ ਦੀ ਬਹੁਤ ਸੋਹਣੀ ਹੈ ਵੀ ਬਾਟਮ ਵਾਲੀ ਆ ਤੇ ਇਹਦੇ ਵੀ ਜੇਬਾਂ ਲੱਗੀਆਂ ਸਾਈਡ ਤੇ ਇਹ ਸੂਟ ਵੀ ਆਪਾਂ ਨੂੰ ਇੰਨੇ ਕ ਦਾ ਹੀ ਪਿਆ ਜੀ ਇਹ ਤੇ ਪ੍ਰਾਈਸ ਪ੍ਰਾਈਸ ਲਿਖਿਆ ਨਹੀਂ ਪਰ ਇਹ ਵੀ ਆਪਾਂ ਨੂੰ 650-700 ਦੇ ਤਕਰੀਬਨ ਹੀ ਸੂਟ ਪਿਆ ਹੈ ਤੇ ਉਦੋਂ ਬਾਅਦ ਇਹ ਘਰ ਪਤਾ ਸੂਟ ਆ ਹੈਗਾ ਜੀ ਮੈਂ ਪਹਿਲਾਂ ਤੁਹਾਨੂੰ ਪੂਰੇ ਪੂਰੇ ਸੂਟ ਹੀ ਦਿਖਾਣੀ ਹੈ ਤੇ ਖਾਸ ਉਠ ਹੈਗਾ ਜੀ ਰੈੱਡ ਕਲਰ ਦੀ ਇਹਦੇ ਨਾਲ ਸਵੈਟ ਸ਼ਰਟ ਆ ਗਈ ਇਹ ਵੀ ਗਰਮ ਕੱਪੜੇ ਦੀ ਆ ਪੂਰੀ ਵਧੀਆ ਤੇ ਬਾਵਾਂ ਇੰਨੀ ਵਧੀਆ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਲੱਗਿਆ ਇਹ ਮੈਨੂੰ ਰੈੱਡ ਕਲਰ ਮੈਨੂੰ ਇਹਦੇ ਵਾਸਤੇ ਬਹੁਤ ਪਸੰਦ ਆਂਦਾ ਪਹਿਲਾਂ ਵੀ ਮੈਨੂੰ ਰੈੱਡ ਕਲਰ ਦੀ ਟੀ ਸ਼ਰਟ ਦਵਾ ਕੇ ਲਈ ਸੀ ਤੇ ਇਹਦੇ ਨਾਲ ਜਿਹੜੀ ਬਾਟਮ ਆ ਗਈ ਤੁਹਾਨੂੰ ਦਿਖਾਉਣੀ ਹੈ ਲੋਰ ਮੈਨੂੰ ਲੱਗਦਾ ਇਹਦੇ ਨਾਲ ਲੋਰ ਸ਼ਾਇਦ ਆਈ ਨਹੀਂ ਪਤਾ ਹੁਣ ਇਹਦੇ ਨਾਲ ਆ ਆ ਹੈਗੀ ਆ ਕਿਉਂ ਦੇ ਨਾਲ ਉਹ ਹੈਗੀ ਆ ਕਿਉਂਕਿ ਦੋਨਾਂ ਦੇ ਵਿੱਚ ਨੀਵੀਂ ਬਲੂ ਕਲਰ ਦਾ ਹੈ ਤੇ ਕੋਈ ਮਰਜ਼ੀ ਪਹਿਨ ਲੈ ਦੋਨਾਂ ਨਾਲ ਹਨਾ ਸੇਮ ਹੀ ਗੱਲ ਹੈ ਕਿਉਂਕਿ ਇਹਦੇ ਵਿੱਚ ਨੇਵੀ ਬਲੂ ਕਲਰ ਦੀ ਬਣੀ ਹੈ ਇਸ ਤਰ੍ਹਾਂ ਦੀ ਹੈ ਇਸ ਤਰ੍ਹਾਂ ਡਿਜ਼ਾਈਨਿੰਗ ਬਣੀ ਹੈ ਇਹ ਵੀ ਆਪਾਂ ਨੂੰ ਉਨੇ ਦਾ ਹੀ ਸੂਟ ਪਿਆ ਸ਼ਾਇਦ ਬਸ ਵੱਧ ਤੋਂ ਵੱਧ 40-50 ਰੁਪਏ ਦਾ ਘੱਟ ਵੱਧ ਹੁੰਦਾ ਹੈ ਨਾ ਕਿਸੇ ਸੂਟ 'ਚ ਫਰਕ ਰਹੇ ਜਾਂਦਾ ਨਹੀਂ ਨਹੀਂ ਬਾਲਾ ਲੈ ਤੇ ਆ ਜੀ ਸਵੈਟਰ ਸ਼ਾਲਟ ਕਹਿ ਲਓ ਜਾਂ ਹੁੱਡੀ ਕਹਿ ਲਓ ਜਾਂ ਕੋਟ ਕਹਿ ਲਓ ਇਸ ਤਰ੍ਹਾਂ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਜੇਪ ਨਹੀਂ ਲੱਗੀ ਇਸ ਤਰ੍ਹਾਂ ਦਾ ਹੀ ਆ ਇਹ ਇਹਦੇ ਵੀ ਇੱਥੇ ਜੇਬਾਂ ਲੱਗੀਆਂ ਇਹਦਾ ਵੀ ਕੱਪੜਾ ਵਿੱਚੋਂ ਪੂਰਾ ਗਰਮੰਤ ਵਧੀਆ ਹੈਗਾ ਤੇ ਕੱਪੜਾ ਮੈਂ ਤੁਹਾਨੂੰ ਵਿੱਚੋਂ ਦਿਖਾ ਦਿੰਦੀ ਆ ਦੇਖੋ ਇਸ ਤਰ੍ਹਾਂ ਦਾ ਕੱਪੜਾ ਜਿਵੇਂ ਨਿੱਕਾ ਕੱਪੜਾ ਹੋ ਜਾਂਦਾ ਬਿਲਕੁਲ ਸ ਇਹ ਸਤਨਾਵੀ ਬਹੁਤ ਸੋਹਣਾ ਰੰਗ ਲੱਗਿਆ ਮੈਂ ਰੰਗ ਤਾਂ ਲੈ ਲਿਆ ਮੈਂ ਕਿ ਘਰੇ ਖੇਡਦਾ ਨਾ ਖਰਾਬ ਕਰ ਲੈਂਦਾ ਤੇ ਫਿਰ ਵੀ ਮੈਲਾ ਨਾ ਹੋਵੇ ਬਾਲਾ ਰੰਗ ਤੇ ਮੈਂ ਕਿ ਵਧੀਆ ਰਹੂਗਾ ਹੈਗੀ ਜੀ ਹਰਫ ਦੇ ਪਾਪਾ ਵੀ ਪਸੰਦ ਦੇ ਕੱਪੜੇ ਆ ਗਏ ਉਹ ਸਾਰੇ ਮੈਂ ਆਪਣੀ ਪਸੰਦ ਦੇ ਲੈਤਾ ਬਸ ਇੱਕ ਅੱਧੇ ਕੱਪੜਿਆਂ ਦੇ ਵਿੱਚ ਉਹਨਾਂ ਦੀ ਪਸੰਦ ਹੋਊਗੀ ਪਿਆਰ ਉਹਦੇ ਪਾਪਾ ਦੀ ਪਸੰਦ ਦੇ ਉਹਨਾਂ ਦੇ ਡਿਸਪਲੇ 'ਚ ਲੱਗੀਆਂ ਪਈਆਂ ਸੀ ਸ਼ਰਟਾਂ ਤੇ ਇਹਨਾਂ ਦੀ ਨਿਗਾ ਬਾਅਦ 'ਚ ਪਈ ਗਏ ਨੇ ਨਹੀਂ ਇਹ ਹਰਫ ਨੂੰ ਲੈ ਕੇ ਦੇਣੀਆਂ ਹੈ ਇਹ yellow color ਦਾ ਇਹਨਾਂ ਨੇ ਲੈਤੀ ਕਹਿੰਦੇ ਵੀ ਇਹਦੇ ਨਾਲ black ਜਿਹੜੀ ਇਹਨੂੰ ਪੈਂਟਾ ਲਿਆ ਦੇਂਗੇ ਬਹੁਤ ਸੋਹਣੀ ਲੱਗੂ ਮੈਨੂੰ ਲੱਗਿਆ ਸੀ ਵੀ ਲੋਰ ਵੀ ਸੋਹਣੀ ਲੱਗੂ ਉਹਨਾਂ ਦੀ ਨਾਲ ਲੋਰਾ ਹੈ ਨਹੀਂ ਸੀ ਉਹ ਕਹਿੰਦੇ ਪਰਸੋਂ ਚਾਹਤੇ ਤਾਂ ਆਖਿਆ ਜਿਹੜੀਆਂ ਵੀ ਅਸੀਂ ਲੋਰਾ ਮੰਗਵਾ ਦੇਂਗੇ ਗਰਮ ਵੀ ਸਿੰਗਲ ਲੋਰਾ ਹੈ ਇਹ ਤੁਸੀਂ ਲੈਣ ਗਈ ਇਹ ਜੇ ਸੇਮ ਗਰਮ ਕੱਪੜੇ ਦੀ ਇਸ ਤਰ੍ਹਾਂ ਦੀ ਸਵੈਟਰ ਸ਼ਰਟ ਹੈ ਤੇ ਇਸ ਤਰ੍ਹਾਂ ਦਾ ਲੋਗੋ ਬਣਿਆ ਤੇ ਨੀਚੇ ਤੋਂ ਇਸ ਤਰ੍ਹਾਂ ਦਾ ਬਾਰਡਰ ਹੈ ਇਹਦਾ ਬਹਾਲੀ ਸੋਹਣੀ ਲੱਗਦੀ ਹੈ ਤੇ ਬਹੁਤ ਸਾਰੇ ਗਰਮ ਹੈ ਵਿੱਚੋਂ ਦੇਖੋ ਗਰਮ ਕੱਪੜਾ ਲੱਗਿਆ ਹੋਇਆ ਹੈ ਵਿੱਚ ਇਹਦੇ ਇਹ ਆਪਾਂ ਨੂੰ ਪਈ ਸੀਗੀ ਸ਼ੈਰ ਉਹਨਾਂ ਨੇ ਪਤਾ ਨਹੀਂ ਇੱਥੇ ਸਾਰਾ ਲਿਖਿਆ ਸੀਗਾ ਜੀ ਮੈਨੂੰ ਲੱਗਦਾ ਪਤਾ ਨਹੀਂ ਜਿਹੜੀ ਪਈ ਸੀਗੀ ਜੀ ਮੈਨੂੰ ਲੱਗਦਾ ਵੀ 400 ਰੁਪਏ ਦੀ ਪਈ ਆ ਪੌਣੇ ਕਿ 400 400 ਦੇ ਜਿਹੜੇ 400 ਦੀ ਪਈ ਆ 400 ਦੀਆਂ ਸਵੈਟਰ ਸ਼ਲਟਾਂ ਪਈਆਂ ਇਹਦੇ ਵਿੱਚ ਅਕਾ ਮੈਰੂਨ ਕਲਰ ਸੀਗਾ ਰੈੱਡ ਜਿਹਾ ਕਲਰ ਸੀ ਤੇ ਤੇ ਹੋਰ ਵੀ ਇਹਨਾਂ ਦੇ ਵਿੱਚ ਬਹੁਤ ਕਲਰ ਸੀਗੇ ਆ ਆ ਗਈ ਜੀ ਬਲੈਕ ਕਲਰ ਦੀ ਵੀ ਆਹ ਫਿਰ ਪਾਪਾ ਨੇ ਬਲੈਕ ਵੀ ਨਹੀਂ ਛੱਡੀ ਕਹਿੰਦੇ ਨਹੀਂ ਇਹ ਵੀ ਆਹਰ ਫਵਾਸ ਤੇ ਕਰਾ ਲਓ ਵੀ ਇਹ ਆਪਾਂ ਕਿਉਂ ਛੱਡੀਏ ਪੀਸ ਸੋਹਣਾਗਾ ਇਸ ਤਰ੍ਹਾਂ ਦੀਆਂ ਇਹ ਬਹੁਤ ਸੋਹਣੀਆਂ ਇਹਦੇ ਵੀ ਇਸ ਤਰ੍ਹਾਂ ਲਉਗਾ ਬਣਿਆ ਤਾਂ ਡਿਜ਼ਾਈਨਿੰ ਚਾਰ ਚਾਰ ਸੌ ਦੀਆਂ ਚਾਰ ਚਾਰ 100 ਰੁਪਏ ਦੀਆਂ ਮੈਨੂੰ ਲੱਗਦਾ ਪਈਆਂ ਜੀ ਇਹ ਦੋਨੇ ਸ਼ਰਟ ਸ਼ਰਟ ਹਰਫ ਦੇ ਪਾਪਾ ਦੀ ਪਸੰਦ ਹੈ ਚਲੋ ਹੁਣ ਹਰਫ ਨੂੰ ਪੁੱਛਦੇ ਆਂ ਆਪਾਂ ਹਰਫ ਹੁਣੇ ਉੱਠਿਆ ਉੱਠਿਆ ਤੇ ਵੀਡੀਓ ਇਹਨੇ ਮੇਰੇ ਨਾਲ ਬਣਾਉਣੀ ਸੀ ਚਾਹ ਵੀ ਪੀਣੀ ਆ ਜਿਵੇਂ ਅਸੀਂ ਤੇ ਹਰਫ ਨੂੰ ਪੁੱਛਦੇ ਆਂ ਵੀ ਹਰਫ ਤੂੰ ਕਿਹੜੇ ਕੱਪੜੇ ਘਰੇ ਪਾਉਣ ਵਾਸਤੇ ਰੱਖਣੇ ਆ ਤੇ ਕਿਹੜੇ ਤੂੰ ਹੌਣ ਜਾਣ ਚਲਾਉਣੇ ਚਲ ਹਰਫ ਦੱਸ ਫਿਰ ਮੰਮਾ ਨੇ ਧੋ ਕੇ ਸੁੱਕਣੇ ਪਾਉਣੇ ਆ ਤੂੰ ਦੱਸ ਵੀ ਕਿਹੜੇ ਤੂੰ ਆਹ ਦੋ ਸ਼ਰਟਾਂ ਹੌਣ ਜਾਣ ਨੂੰ ਰੱਖ ਲੈ ਵੀ ਜਿਵੇਂ ਬਾਹਰ ਸ਼ਹਿਰ ਸ਼ੁਰ ਜਾਣਾ ਹੁੰਦਾ ਠੀਕ ਹੈ ਦੋ ਕੀ ਘਰੇ ਲਾਉਣੀ ਆ ਇੱਕ ਕੰਡੀ ਘਰ ਲਾ ਠੀਕਰ ਨਹੀਂ ਲਾਉਣੀ ਚਲੋ ਬਈ ਇਹ ਫਿਰ ਕੱਢ ਰੱਖ ਦੇਣਾ ਠੀਕ ਹੈ ਤੇ ਆਹਾ ਫਿਰ ਆ ਹੁੱਡੀ ਆਉਣ ਜਾਣ ਨੂੰ ਲਾਉਣੀ ਹੈ ਕਿ ਘਰੇ ਲਾਉਣੀ ਹੈ ਹੁੱਡੀ ਵੀ ਹੋਰ ਚੋੜਾ ਕੌਣ ਚਾਹ ਲੇ ਇਹ ਤਾਂ ਪੁੱਤ ਮੰਮਾ ਨੇ ਘਰੇ ਲੈਂਦੀ ਆ ਘਰੇ ਪਾਲਿਆ ਕਰ ਵੀ ਕਲਰ ਵੀ ਜੇ ਛੇਤੀ ਮੈਲਾ ਨਹੀਂ ਹੁੰਦਾ ਬਾਹਲਾ ਫਾਪਾ ਕਰ ਲਓ ਜੇ ਹੁੱਡੀ ਬਲੈਕ ਕਲਰ ਦੀ ਆ ਇਹ ਤਾਂ ਰੈੱਡ ਹੈ। ਇਹ ਰੈੱਡ ਕਲਰ ਦਾ ਸਾਰਾ ਸੂਟ ਹੈ ਇਹ। ਹਰ ਬੱਚੇ ਦੇ ਕੱਪੜੇ ਇੰਨੇ ਸੋਹਣੇ ਘਰੇ ਲਾਉਣ ਨੂੰ ਮम्मा ਤਾਂ ਵੀ ਨਹੀਂ ਜੀ ਕਰਦਾ। ਕਿਉਂ ਘਰੇ ਲਾਵੇ? ਆਪ ਦੇ ਕੱਪੜੇ ਤਾਂ ਨਵੇਂ ਘਰੇ ਲਾਉਂਦੀ ਨਹੀਂ ਤੇ ਹਰਪਦਾ ਵੀ ਮੇਰਾ ਜੀ ਨਹੀਂ ਕਰਦਾ ਵੀ ਹਰਪ ਨਵੇਂ ਕੱਪੜੇ ਘਰੇ ਲਾਵੇ। ਚਲੋ ਦੇਖ ਕੇ ਆਗੇ ਕਿਹੜਾ ਸੰਸਾਰ ਘਰੇ ਲਾਊਗਾ। ਹਰਪ ਆਹ ਸੂਟ ਰੈੱਡ ਸੋਹਣਾ ਹੈ। ਕਨਫਿਊਜ਼ ਹੋਏ ਪਏ ਇੰਨੇ ਕੱਪੜਿਆਂ ਦੇ ਵਿੱਚ ਕਿਉਂਕਿ ਇੱਕ ਬੱਚੇ ਨੇ ਕਿਹੜਾ ਰੋਸ਼ ਸ਼ਹਿਰ ਜਾਣਾ ਹੁੰਦਾ। ਜਦੋਂ ਆਪ ਜਾਂਦੇ ਆ ਬੱਚੇ ਨੂੰ ਲੈ ਕੇ ਜਾਂਦੇ ਆ ਜਾਂ ਕੋਈ ਸਕੂਲ ਦੇ ਵਿੱਚ ਫੰਕਸ਼ਨ ਆ ਗਿਆ ਵੈਸੇ ਤਾਂ ਅਜੇ ਤੱਕ ਸਕੂਲ ਲੱਗੇ ਨਹੀਂ ਤੇ ਤੇ ਵੀ ਆਇਆ ਬੱਚੇ ਫੰਕਸ਼ਨ ਤੇ ਜਾਂ ਕਿਤੇ ਬਾਹਰ ਅੰਦਰ ਜਾਂਦੇ ਰਿਸ਼ਤੇਦਾਰੀ ਚ ਵਿਚਲ ਤਿੰਨ ਸੂਟ ਬੱਚੇ ਕੋਲੇ ਦੋ ਤਿੰਨ ਸੂਟ ਹੋਣ ਹੀ ਹੋਣ ਬੱਚੇ ਕੋਲੇ ਸਰਦ ਗਾਜ ਧੋਣ ਵਾਲੇ ਵੀ ਪਏ ਹੁੰਦੇ ਕੱਪੜੇ ਤਿੰਨ ਸੂਟ ਤਾਂ ਬੱਚੇ ਨੂੰ ਰੱਖੇ ਹੋਣਾ ਹੁਣ ਜਾਣ ਚਾਹ ਤੇ ਦੂਜੇ ਸੂਟ ਆ ਜਿਹੜੇ ਆਪਾਂ ਘਰੇ ਲਾ ਲਏ ਵੀ ਹਨਾ ਤੇ ਹੁਣ ਇੰਨੇ ਸੂਟ ਹੋ ਗਏ ਹੁਣ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਬਹੁਤ ਕਨਫਿਊਜ਼ ਆ ਵੀ ਹਰਫ ਨੂੰ ਮੈਂ ਕਿਹੜੀਆਂ ਸ਼ਰਟਾਂ ਘਰੇ ਲਾਉਣ ਨੂੰ ਦੇਵਾਂ ਦੇਖੋ ਜੀ ਇੱਕ ਤਾਂ ਹਰਫ ਦੀ ਜਿਹੜੀ ਕਾ ਸਿੰਗਲ ਕੋਟ ਹੋ ਗਿਆ ਹੁੱਡੀ ਹੋ ਗਈ ਇਹ ਮੈਨੂੰ ਲੱਗਦਾ ਵੀ ਕਲਰ ਅੰਸ਼ਿਠੇਤੀ ਮੈਲਾ ਨਹੀਂ ਹ ਇੱਕ ਮਿੰਟ ਹਰ ਸਾਰਿਆਂ ਨੂੰ ਪੁੱਛ ਲਗੇ ਦੂਜਾ ਆ ਹੈਗਾ ਜੀ ਹਰਫ ਦਾ ਸੂਟ ਆਹ ਵਾਲਾ ਇਹ ਵੀ ਮੇਰਾ ਦਿਲ ਕਰਦਾ ਵੀ ਘਰੇ ਲਾ ਲੇ ਇਹ ਵੀ ਵਧੀਆ ਕਲਰ ਆ ਸੋਹਣਾ ਲੱਗੂਗਾ ਠੰਡ ਦੇ ਵਿੱਚ ਇਹ ਹੋ ਗਿਆ ਜੀ ਤੁਸੀਂ ਧਿਆਨ ਨਾਲ ਦੇਖੀ ਚੱਲੋ ਤੁਸੀਂ ਕਮੈਂਟ ਕਰਕੇ ਦੱਸਣਾ ਸਾਰਿਆਂ ਨੇ ਠੀਕ ਆ ਸਾਨੂੰ ਸੁਜੈਸ਼ਨ ਦੇਣਾ ਕਿਉਂਕਿ ਮੈਂ ਬਹੁਤ ਕਨਫਿਊਜ਼ ਆ ਤੇ ਉਸ ਤੋਂ ਬਾਅਦ ਆ ਹਰਫ ਦਾ ਪੂਰਾ ਸੂਟ ਆ ਗਿਆ ਜੀ ਨੇਵੀ ਬਲੂ ਤੇ ਗ੍ਰੇ ਕਲਰ ਦਾ ਇਹ ਵੀ ਇਹਦੇ ਨਾਲ ਜੈਪ ਵਾਲਾ ਕੋਟ ਹੈ ਇਹ ਵੀ ਮੇਰਾ ਰੱਦ ਹੈ ਵੀ ਇਹ ਘਰੇ ਲਾ ਲੇ ਇਹਨਾ ਮੇਰੇ ਆ ਜਿਹੜਾ ਸੂਟ ਹੈ ਹਰਫ ਦਾ ਬਲੈਕ ਲੋਰ ਦੇ ਨਾਲ ਤੇ ਆਹ ਸੂਟ ਹੈ ਇਹਨਾਂ ਦੇ ਵਿੱਚੋਂ ਮੈਂ ਕਨਫਿਊਜ਼ ਐ ਵੀ ਨੂੰ ਆਉਣ ਜਾਣ ਨੂੰ ਕਿਹੜਾ ਬਾਹਰ ਅੰਦਰ ਨੂੰ ਰੱਖਾਂ ਮੈਨੂੰ ਲੱਗਦਾ ਵੀ ਆਹ ਗ੍ਰੀਨ ਜਾਂ ਜ਼ਿਆਦਾ ਸੋਹਣਾ ਲੱਗਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਹਰਫ ਨੂੰ ਕਿਹੜਾ ਸੂਟ ਐ ਜਿਹੜਾ ਘਰੇ ਲਾਲਾ ਇਹਨਾਂ ਦੋਨਾਂ ਦੇ ਵਿੱਚੋਂ ਤੇ ਇਹ ਦੋਨਾਂ 'ਚ ਕਨਫਿਊਜ਼ ਐ ਬਸ ਆਹ ਹਰਫ ਦੀਆਂ ਦੋਨੇ ਸ਼ਰਟਾਂ ਰਹਿ ਗਈਆਂ ਸਵੈਟ ਸ਼ਰਟਸ ਰਹਿ ਗਈਆਂ ਇਹ ਮੈਨੂੰ ਦੋਨੇ ਲੱਗਦੇ ਵੀ ਆਉਣ ਜਾਣ ਨੂੰ ਰੱਖ ਲੇ ਜੇ ਇੱਕ ਘਰੇ ਲਾਲੂ ਦਾ ਘਰੇ ਲਾਲੇ ਹਰਫ ਦੇ ਪਾਪਾ ਦਾ ਕਹਿੰਦੇ ਸੀ ਵੀ ਆਹ yellow ਕਲਰ ਦੀ ਐ ਜਿਹੜੀ ਹਰ ਠੀਕ ਹੈ ਜੀ ਤੇ ਇਹੀ ਸੀਗੇ ਜੀ ਹਰਫ ਦੇ ਕੱਪੜੇ ਤੇ ਮੈਂ ਤੁਹਾਨੂੰ ਦਿਖਾਤੇ ਹਰਫ ਦੀ ਮਤਲਬ ਸੀਗੀ ਚੁਆਇਸ ਵੀ ਮਮਾ ਜਿਹੜਾ ਤੁਸੀਂ ਵੀਡੀਓ ਬਣਾ ਕੇ ਸਾਰਿਆਂ ਨੂੰ ਮੇਰੇ ਕੱਪੜੇ ਦਿਖਾਓ ਤੇ ਬਾਕੀ ਜੀ ਮੈਂ ਤੁਹਾਨੂੰ ਪ੍ਰਾਈਸ ਦੱਸਣ ਦੀ ਕੋਸ਼ਿਸ਼ ਕੀਤੀ ਵੀ ਵਧੀਆ ਦੱਸਦਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਵੀ ਸਾਰੇ ਟੋਟਲ ਕਿੰਨੇ ਚ ਪੈ ਗਏ ਇਹ ਕੱਪੜੇ ਤੋਂ ਸਾਰੇ ਟੋਟਲ ਇਹ ਮਿੰਨ ਟੋਟਲ ਕੱਪੜੇ ਜਿਹੜੇ 32 3300 ਰੁਪਏ ਚ ਪੈ ਗਏ ਬਸ ਇੰਨੇ ਚ ਪਏ ਆ ਇਹਦੇ ਇਹ ਹੈਗੇ ਜੀ ਤੇ ਦੋ ਤਾਂ ਇਹ ਨਹੀਂ ਸਵੈਟ ਸ਼ਰਟ ਤਾਂ ਇੱਕ ਕੇ ਦੀ ਸਿੰਗਲੋ ਕੁੜੀ ਹੈਗੀ ਬਿਲਕੁਲ ਜਿਹੜਾ ਸਿਮੈਂਟ ਰੰਗਾ ਜਾਂ ਕਲਰ ਹੈ ਤੇ ਤਿੰਨੇ ਦੇ ਸੂਟ ਹੈ ਇੱਕ ਰੈੱਡ スウェット ਸ਼ਰਟ ਨਾਲ ਹੈਗਾ ਦੋ ਸੂਟ ਇਹਦੇ ਹੈਗੇ ਇੱਕ ਤਾਂ ਉਹ ਰਾਇਲ ਗ੍ਰੀਨ ਜਾਂ ਤੇ ਇੱਕ ਇਹਦਾ ਸੂਟ ਹੈਗਾ ਹਨੀਵੀ ਬਲੂ ਕਲਰ ਦਾ ਕੋਟ ਹੈ ਜਿਹੜਾ ਜੈਪ ਵਾਲਾ 6 ਪੂਰੇ 6 ਸੂਟ ਬਣ ਗਏ ਸ਼ਰਟਾਂ ਸਣੇ ਇਹਦੇ ਤੇ 6 ਦੇ 6 ਇਹ ਆਪਾਂ ਨੂੰ 3200 ਦੇ ਪਏ ਆ ਸਾਰੇ ਉਹਨਾਂ ਨੇ ਜੋ ਵੀ ਲੈਸ ਕਰਨਾ ਸੀ ਸਾਰਾ ਲੈਸ ਵੈਸ ਕਰਕੇ ਆ ਜਿਹੜਾ 3200 ਦੇ ਪੈ ਗਿਆ ਆਪਾਂ ਨੂੰ ਬਾਕੀ ਮੈਂ ਤੁਹਾਨੂੰ ਦੱਸਦਾ ਇਹ ਰੇਟ ਤੇ ਤੁਸੀਂ ਜੇਕਰ ਵੀ ਆਪਣੇ ਬੱਚੇ ਲਈ ਕੱਪੜੇ ਲੈ ਰਹੇ ਹੋ ਤਾਂ ਵੀ ਸਾਡੇ ਦਾ ਲੋਕਲ ਮਾਰਕੀਟ 'ਚ ਇਸ ਤਰ੍ਹਾਂ ਦੇ ਬਹੁਤ ਸੋਹਣੇ ਵੀ ਉਸ ਸ਼ਾਪ ਤੇ ਕੱਪੜੇ ਆ ਗਏ ਆ ਤੇ ਬਹੁਤ ਸੋਹਣੇ ਆ ਤੇ ਬਾਕੀ ਤੁਸੀਂ ਜਰੂਰ ਦੱਸਿਓ ਜੀ ਵੀ ਮਤਲਬ ਤੁਸੀਂ ਕੱਪੜੇ ਖਰੀਦ ਲਏ ਕਿ ਨਹੀਂ ਖਰੀਦੇ ਸਾਰਦੀਆਂ ਨੇ ਬੱਚਿਆਂ ਵਾਸਤੇ ਜਾਂ ਆਪਣੇ ਵਾਸਤੇ ਤੇ ਮੈਂ ਤਾਂ ਹਜੇ ਆਪਦੇ ਲਈ ਕੁਝ ਵੀ ਨਹੀਂ ਖਰੀਦਿਆ ਸੀ ਸਿਰਫ ਆਰਫ ਨੂੰ ਕੱਪੜੇ ਦਿਵਾਏ ਆ ਤੇ ਕਿਉਂਕਿ ਬੱਚਿਆਂ ਦਾ ਸਭ ਤੋਂ ਪਹਿਲਾਂ ਆਪਾਂ ਸੋਚਦੇ ਹੁੰਨੇ ਆ ਬੱਚਿਆਂ ਨੂੰ ਜ਼ਰੂਰੀ ਹੁੰਦਾ ਜਿਵੇਂ ਤੁਹਾਨੂੰ ਪਹਿਲੇ ਦੱਸ ਗਿਆ ਟੀਆ ਵੀ ਬੱਚੇ ਠੰਡ ਲਵਾ ਲੈਂਦੇ ਆ ਬਾਹਰ ਖੇਡਦੇ ਕਰਦੇ ਦੇ ਹਰ ਨੂੰ ਇਹ ਨਿਬਾਸ ਗਈ ਹੁਣੇ ਉੱਠਿਆ ਚਲੋ ਤੁਹਾਡੇ ਨਾਲ ਬਹੁਤ ਜ਼ਿਆਦਾ ਗੱਲਾਂ ਹੋ ਗਈਆਂ ਤੇ ਸਾਰੀ ਸ਼ਾਪਿੰਗ ਜਿਹੜੀ ਹਰਫ ਦੀ ਤੁਹਾਨੂੰ ਦਿਖਾਤੀ ਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਦੇਖਣ ਵਾਸਤੇ ਨੈਕਸਟ ਵੀਡੀਓ ਨਾਲ ਮਿਲਾਂਗੇ ਜੀ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਮੇਰੇ ਬਲੌਗਸ ਵਧੀਆ ਲੱਗਦੇ ਆ ਤੇ ਜਿਹੜਾ ਵੀ ਰੈੱਡ ਬਟਨ ਆਪਗਾ ਨੀਚੇ ਉਹਨੂੰ ਦਬਾ ਕੇ ਆਪਣਾ ਚੈਨਲ ਸਬਸਕ੍ਰਾਈਬ ਹੋ ਜਾਊਗਾ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਤੁਹਾਡੇ ਕੋਲੇ ਆਪਣੀਆਂ ਨਵੀਆਂ-ਨਵੀਆਂ ਵੀ ਤੇ ਬਾਕੀ ਜੀ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਆਪਣੇ ਹੋਰ ਜਿਆਦਾ ਵੱਡੀ ਫੈਮਿਲੀ ਹੋ ਜੇ ਇਸ ਚੈਨਲ ਦੀ ਬਹੁਤ ਬਹੁਤ ਧੰਨਵਾਦ ਜੀ ਨੈਕਸਟ ਵੀਡੀਓ ਨਾਲ ਮਿਲਦੇ ਹਾਂ ਅੱਜ ਦੇ ਲਈ ਸਾਰਿਆਂ ਨੂੰ ਤੇ ਬਾਈ ਬਾਈ